ਅਰਜਨ ਨੂਵੋ 605 DI ਦਾ ਡੀਲਕਸ ਮਾਡਲ ਆ, ਡਿਜੀ ਸੈਂਸ ਵਾਲਾ। ਤੇ ਕਿੰਨੇ ਮਾਡਲ ਆ ਇਹ ਬਾਈ ਜੀ? 21 ਆ ਬਾਈ, 21 ਮਾਡਲ ਆ। ਕੀ ਡਿਮਾਂਡ ਕਰਦੇ ਜੀ? 7.5 ਲੱਖ ਰੁਪਇਆ ਬਾਈ। 7.5 ਲੱਖ ਰੁਪਇਆ ਡਿਮਾਂਡ। ਨਿਊ ਹੋਲੈਂਡ ਸੁਪਰ ਵਾਲਾ TX ਮਾਡਲ 21 ਮਾਡਲ ਆ, ਜੂਜੀ ਗੇਅਰ ਵਾਲਾ। ਤੇ ਕੀ ਡਿਮਾਂਡ ਕਰਦੇ ਜੀ? ਇਹਦੀ ਹੈਗੀ 6,95,000 ਰੁਪਇਆ। 6,95,000 ਇਹਦੀ ਡਿਮਾਂਡ ਆ। 744 XT 4-star PV3 ਬਠਿੰਡੇ ਦਾ ਨੰਬਰ ਆ। ਡਿਮਾਂਡ ਹੈ ਜੀ ਇਹ 6.5 ਲੱਖ। 6.5 ਤੇ ਮਾਨ ਤਾਂ ਹੋ ਜੂਗਾ? ਚਾਹੋ ਹੋ ਜੂਗਾ। 21 ਮਾਡਲ ਆ। ਹਾਂ, ਤੇ ਜੇ ਵੀਰੇ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਕਿਸੇ ਨੇ, ਉਹ ਵੀ ਕੱਟ ਲਾਂਗੇ ਬਾਈ ਆਪਾਂ, ਕੋਈ ਚੱਕਰ ਨਹੀਂ। ਤੇ ਲੋਨ ਵਾ? ਲੋਨ ਵੀ ਕਰਾ ਦਾਂਗੇ। ਲੋਨ ਦੀ ਸਹਿਤਾ ਵੀ ਹੈਗੀ ਆ? ਹਾਂ। ਜੇ ਟਰੈਕਟਰ ਕਿਸੇ ਨੇ ਸਿੱਧਾ ਵੇਚਣਾ ਹੋਵੇ ਬਾਈ, ਉਹ ਵੀ ਵੇਚ ਸਕਦਾ, ਕੋਈ ਚੱਕਰ ਨਹੀਂ। ਤੇ ਕੰਟੈਕਟ ਨੰਬਰ ਦੱਸ ਦਿਓ ਜੀ। 6835 5353। ਠੀਕ ਹੈ ਜੀ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ। ਆਪਣੇ ਨਾਲ ਆਪਣਾ ਵੱਡਾ ਵੀਰ ਜੁੜਿਆ, ਆਪਾਂ ਖੜੇ ਆ ਬਰਨਾਲਾ ਟਰੈਕਟਰ ਮੰਡੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਜੀ? ਵਧੀਆ ਜੀ, ਵਧੀਆ। ਹੁਣ ਤਾਂ ਘੱਟ ਗਿਆ ਕੰਮ ਬਈ ਮੰਡੀ ਦਾ? ਨਹੀਂ, ਵਧੀਆ ਚੱਲਦਾ ਹੂੰ ਵੀ ਜੀ। ਸੀਜ਼ਨ ਕਰਕੇ ਥੋੜਾ ਜਿਹਾ ਫਰਕ ਪੈ ਗਿਆ। ਹਾਂਜੀ ਹਾਂ, ਚੌਲ ਚੂਲ ਲਾਉਣ ਲੱਗ ਗਏ। ਹਾਂਜੀ ਹਾਂ। ਤੇ ਕਿੰਨੇ ਕੁ ਟਰੈਕਟਰ ਮੇਲੇ ਬੜਾ ਬਈ ਆਪਣੇ ਕੋਲੇ? ਅੱਜ ਵੀ ਲਿਆਂਦੇ 8-9 ਟਰੈਕਟਰ ਆਪਾਂ। ਠੀਕ ਆ ਜੀ। ਹਾਂਜੀ, ਤੇ ਹੁਣ ਆਪਾਂ ਤੁਹਾਨੂੰ ਬਾਈ ਜੀ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰਾਉਣੇ ਆ, ਤੇ ਬਾਈ ਨਾਲ ਨਾਲ ਫੁੱਲ ਜਾਣਕਾਰੀ ਦੇਊ ਟਰੈਕਟਰਾਂ ਬਾਰੇ। ਸਟਾਰਟ ਕਰਦੇ ਆ ਜੀ, ਮਹਿੰਦਰਾ ਅਰਜਨ ਨੂਵੋ 605 DI ਦਾ ਡੀਲਕਸ ਮਾਡਲ ਆ, ਡਿਜੀ ਸੈਂਸ ਵਾਲਾ। ਤੇ ਕਿੰਨੇ ਮਾਡਲ ਆ ਇਹ ਬਾਈ ਜੀ? 21 ਆ ਬਾਈ। 21 ਮਾਡਲ ਆ। ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ? ਟਾਇਰ 95 ਪੈਸੇ ਨਾਲ ਦੇ ਨੇ। ਨਾਲ ਦੇ 95 ਪੈਸੇ ਟਾਇਰ ਹੈਗੇ ਆ ਜੀ, MRF ਦੇ। ਤੇ ਕਿੰਨੇ ਘੰਟੇ ਚੱਲਿਆ ਹੋਊਗਾ ਜੀ ਇਹ? 6.25 ਘੰਟਾ ਚੱਲ ਗਿਆ ਬਾਈ। 6.25 ਘੰਟਾ ਚੱਲਿਆ ਹੋਊ ਬਾਈ ਕਹਿੰਦਾ। ਤੇ ਕੀ ਕਿੰਨੇ ਮਾਡਲ ਸੀ? 21 ਮਾਡਲ ਆ। ਹਾਂ ਬਾਈ। ਕੀ ਡਿਮਾਂਡ ਕਰਦੇ ਜੀ? 7.5 ਲੱਖ ਰੁਪਇਆ ਬਾਈ। 7.5 ਲੱਖ ਰੁਪਇਆ ਡਿਮਾਂਡ ਆ ਟਰੈਕਟਰ ਦੀ। ਡਬਲ ਡਿਸਟ੍ਰੀਬਿਊਟਰ, ਮਾਨ ਤਾਨ ਹੋ ਜੂਗੇ ਜੋ ਕੋਈ? ਹਾਂ ਹਾਂ ਬਾਈ ਹੋ ਜੂਗਾ। ਅੱਗੇ ਆ ਗਿਆ ਜੀ ਨਿਊ ਹੋਲੈਂਡ ਸੁਪਰ ਵਾਲਾ TX ਮਾਡਲ। ਤੇ ਇਹ 50 horsepower ਦਾ ਬਾਈ? ਨਹੀਂ, 55 ਚ ਆਉਂਦਾ। 55 ਚ ਬਾਈ, 55 horsepower। ਗੁਡੀਅਰ ਦਾ ਚੌਕੜਾ, ਕੀ ਕੰਡੀਸ਼ਨ ਆ ਟਾਇਰਾਂ ਦੀ ਬਾਈ? ਇਹਦੇ 90 ਪੈਸੇ ਨੂੰ ਟਾਇਰ ਪਿਆ। 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ। ਡਬਲ ਡਿਸਟ੍ਰੀਬਿਊਟਰ, ਡਬਲ ਪੰਪ ਆ, ਹਾਈਵੀ ਲਿਫਟ ਵਾਲਾ ਸਿਸਟਮ ਜਿਹਾ ਲੱਗਿਆ ਹੋਇਆ ਇਹਦਾ। ਤੇ ਬਾਈ ਉਹ ਦੂਜੇ ਬਿਨਾਂ ਹਾਈਵੀ ਵਾਲੇ ਚੋਂ ਕਿੰਨਾ ਕੁ ਫਰਕ ਹੁੰਦਾ ਰੇਟ ਦਾ? ਇਹ ਬਾਈ ਵੱਧਦਾ ਹੈਗਾ ਉਹਨਾਂ ਦਾ ਰੇਟ, ਘੱਟੋ ਘੱਟ 30-40 ਹਜ਼ਾਰ ਦਾ ਵੱਟਾ ਪੈ ਜਾਂਦਾ ਨਵੇਂ ਦਾ। ਹਾਂ ਠੀਕ ਆ ਬਾਈ ਜੀ। ਤੇ ਰੰਗ ਪੇਂਟ ਦਾ ਓਰਿਜਨਲ ਆ ਬਾਈ? ਸਾਰਾ ਓਰਿਜਨਲ ਆ। TV31 ਮਾਨਸਾ ਨੰਬਰ ਆ, ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ। ਡਬਲ ਡਿਸਟ੍ਰੀਬਿਊਟਰ ਆ, ਤੇ ਮਰਗਾਟ ਮਗਰੂਟ, ਤੇ ਰਿੰਬਾਂ ਪਿਆ ਚਿੱਟੇ ਦੁੱਧ ਵਰਗੇ ਚਮਕਦੇ। ਕਿੰਨੇ ਮਾਡਲ ਆ ਇਹ ਬਾਈ? ਇਹ ਵੀ 21 ਆ ਬਾਈ। 21 ਮਾਡਲ ਆ, ਜੂਜੀ ਗੇਅਰ ਵਾਲਾ। ਤੇ ਕੀ ਡਿਮਾਂਡ ਕਰਦੇ ਇਹਦੀ? ਇਹਦੀ ਹੈਗੀ 6,95,000 ਰੁਪਇਆ। 6,95,000 ਇਹਦੀ ਡਿਮਾਂਡ ਆ। ਮਾਨ ਤਾਨ ਹੋ ਜੂਗੇ? ਚੋਗੀ ਇਹ ਚ ਵੀ ਹੋ ਜੂਗਾ ਜੀ। ਅੱਗੇ ਫੇਰ ਆ ਗਿਆ ਜੀ ਮਹਿੰਦਰਾ ਅਰਜਨ ਨੂਵੋ 605 DI ਡੀਲਕਸ ਡਿਜੀ ਸੈਂਸ ਮਾਡਲ ਆ। ਸਾਈਡ ਗੇਅਰ ਚ ਆ ਗਿਆ, ਖੁੱਲੇ ਪਲੇਟਫਾਰਮ ਵਾਲਾ ਆ ਗਿਆ। 16-9-28 ਦੇ ਬਾਈਕ ਵਾਲੇ ਟਾਇਰ ਆ, ਫਰੰਟ ਵਾਲੇ ਟਾਇਰ ਗੁਡੀਅਰ ਦੇ ਆ, ਬਾਈਕ ਵਾਲੇ BKT ਦੇ। ਤੇ ਕੀ ਕੰਡੀਸ਼ਨ ਆ ਟਾਇਰਾਂ ਦੀ ਜੀ? ਇਹਦੇ ਵੀ ਟਾਇਰ ਬਾਈ ਹੈਗੇ ਹੈਗੇ 80-85 ਪੈਸੇ ਟਾਇਰ ਨੇ। 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ। ਇਹ ਨੰਬਰ 50 ਆ ਵੀਰੇ? ਨੰਬਰ 50 ਆ ਬਾਈ, 50 ਨੰਬਰ ਆ। ਤੇ ਕਿੰਨੇ ਮਾਡਲ ਆ ਇਹ? ਇਹ ਮਾਡਲ 2022 ਆ ਬਾਈ। 22 ਮਾਡਲ ਆ। ਕੀ ਡਿਮਾਂਡ ਕਰਦੇ ਹੋ? ਇਹ ਹੈਗੀ 7,35,000 ਰੁਪਇਆ। 7-35 ਡਿਮਾਂਡ ਆ। ਡਬਲ ਡਿਸਟ੍ਰੀਬਿਊਟਰ, ਖੁੱਲੇ ਪਲੇਟਫਾਰਮ ਵਾਲਾ ਆ। ਕਿੰਨੇ ਘੰਟੇ ਚੱਲਿਆ ਵੀਰੇ? ਇਹ ਵੀ ਚੱਲ ਗਿਆ ਬਾਈ 125 ਦੇ ਲਗਭਗ। ਠੀਕ ਆ ਜੀ, 125 ਦੇ ਲਗਭਗ ਵੀਰਾ ਕਹਿੰਦਾ ਇਹ ਚੱਲ ਗਿਆ। ਤੇ ਮਾਨ ਤਾਨ ਹੋ ਜੂ ਜੋ ਵੀ ਕਰਦਾ ਹੈ ਮਾਨ ਤਾਨ ਆਪਾਂ? ਠੀਕ ਆ ਜੀ। ਅੱਗੇ ਆ ਗਿਆ ਜੀ ਨਿਊ ਹੋਲੈਂਡ 3730+ TX ਮਾਡਲ। ਤੇ ਇਹ ਕਿੰਨੇ ਮਾਡਲ ਆ ਜੀ? ਇਹ 2004 ਆ ਜੀ।
ਚਾਰ ਮਾਡਲ ਆ। ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ, ਐਮ ਆਰ ਬੈਕ ਵਾਲੇ ਟਾਇਰ ਗੁਡੀਅਰ ਦੇ, ਫਰੰਟ ਵਾਲੇ ਐਮ ਆਰ ਐਫ ਦੇ, ਤੇ 16-9-28 ਦੇ ਬੈਕ ਵਾਲੇ ਟਾਇਰ ਆ। ਇਹ ਸੈਂਟਰ ਗੇਅਰ ਚ ਆ ਗਿਆ ਨਾ ਮੇਰੇ, ਹਾਂ ਇਹ ਸੈਂਟਰ ਗੇਅਰ ਚ ਆ ਗਿਆ ਬਾਈ ਜੀ। ਸਿੰਪਲ ਸਟੀਅਰਿੰਗ ਜੀ, ਹਾਂਜੀ ਸਿੰਪਲ ਸਟੀਅਰਿੰਗ। ਕੀ ਡਿਮਾਂਡ ਕਰਦੇ ਜੀ? ਇਹ 3,45,000 ਰੁਪਏ, 3,45,000 ਰੁਪਏ ਡਿਮਾਂਡ ਆ। ਨੰਬਰ 50 ਆ, ਹਾਂਜੀ। ਤੇ ਕੀ ਮਾਡਲ ਕਿੰਨਾ ਸੀ ਇਹ? 2004 ਚਾਰ ਮਾਡਲ। ਅੱਗੇ ਆ ਗਿਆ ਜੀ ਸਵਰਾਜ 744XT 4-star 4-star PV3 ਬਠਿੰਡੇ ਦਾ ਨੰਬਰ ਆ। ਟਾਇਰਾਂ ਦੀ ਜੇ ਗੱਲ ਕਰੀਏ ਵੀਰੇ, ਇਹਦੇ ਹੈਗੇ 85 ਪੈਸੇ ਬਈ ਨਾਲ, 85 ਪੈਸੇ ਨਾਲ ਦੇ ਟਾਇਰ ਆ। ਡਬਲ ਪੰਪ ਆ ਤੇ ਸੈਂਟਰ ਗੇਅਰ ਆ, ਡਬਲ ਡਿਸਟਰੀਬਿਊਟਰ ਆ ਤੇ ਰੰਗ ਪਿੰਡ ਦਾ ਲਿਸ਼ਕਾ ਮਾਰਦਾ ਟਰੈਕਟਰ। ਸ਼ੋਰੂਮ ਕੰਡੀਸ਼ਨ ਆ ਤੇ ਨਾਲ ਦੀਆਂ ਚਿੱਟਾਂ ਚੁੱਟਾਂ ਹਲੇ ਤਾਈਂ ਲੱਗੀਆਂ ਹੋਈਆਂ ਬਈ। ਤੇ ਕਿੰਨੇ ਘੰਟੇ ਚੱਲੇ ਹੋ ਬਸ ਇਹ? ਇਹ ਵੀ ਲਗਭਗ 600 ਘੰਟੇ ਚੱਲ ਗਿਆ ਬਈ, 600 ਤੋਂ 500 ਦੇ ਵਿਚਕਾਰ ਵਿਚਕਾਰ ਚੱਲਿਆ ਹੋਇਆ। ਤੇ ਮਰਗਾਟ ਤੇ ਰਿੰਬ ਦੇਖ ਸਕਦੇ ਹੋ, ਚਿੱਟੇ ਦੁੱਧ ਵਰਗੇ ਚਮਕਦੇ ਆ। ਪੂਰੀ ਕੋਕਾ ਪੀਸ ਕੰਡੀਸ਼ਨ ਆ। ਬਠਿੰਡਾ ਨੰਬਰ ਆ। ਤੇ ਇਹ ਕਿੰਨੇ ਡਿਮਾਂਡ ਆ ਜੀ? ਇਹ 6.5 ਲੱਖ 6.5 ਤੇ ਮਾਨਤਾਨ ਹੋ ਜੂਗੇ ਚੋਂ? ਹੋ ਜੂਗਾ, 21 ਮਾਡਲ ਆ। ਹਾਂ ਤੇ ਜੇ ਵੀਰੇ ਪੁਰਾਣਾ ਟਰੈਕਟਰ ਕਟਾਉਣਾ ਹੋਵੇ ਕਿਸੇ ਨੇ, ਉਹ ਵੀ ਕੱਟ ਲਾਂਗੇ ਬਈ ਆਪਾਂ, ਕੋਈ ਚੱਕਰ ਨਹੀਂ। ਤੇ ਲੋਨ ਆ? ਲੋਨ ਵੀ ਕਰਾ ਦਾਂਗੇ, ਲੋਨ ਦੀ ਸੁਵਿਧਾ ਵੀ ਹੈਗੀ ਆ। ਹਾਂ ਜੇ ਟਰੈਕਟਰ ਕਿਸੇ ਨੇ ਸਿੱਧਾ ਵੇਚਣਾ ਹੋਵੇ ਬਈ, ਉਹ ਵੀ ਵੇਚ ਸਕਦਾ, ਕੋਈ ਚੱਕਰ ਨਹੀਂ। ਤੇ ਕੰਟੈਕਟ ਨੰਬਰ ਦੱਸ ਦਿਓ ਜੀ। 6832-5353। ਠੀਕ ਆ ਜੀ। ਤੇ ਮੰਡੀ ਤੋਂ ਬਿਨਾਂ ਟਰੈਕਟਰ ਕਿੱਥੇ ਆਉਂਦੇ ਆ ਵੀਰੇ ਆਪਣੇ? ਮੰਡੀ ਤੋਂ ਬਿਨਾਂ ਆਪਣੇ ਟਰੈਕਟਰ ਧਨੌਲੇ ਵੀ ਹੁੰਦੇ ਨੇਗੇ, ਹੰਡਾਏ ਵੀ ਹੁੰਦੇ ਨੇ। ਠੀਕ ਆ ਜੀ। ਤੇ ਸੋਮਵਾਰ ਨੂੰ ਬਰਨਾਲੇ ਪੈਲਸਾਲੀ ਮੰਡੀ ਜਾਂਦੇ ਆ? ਹਾਂ ਠੀਕ ਆ। ਬੁੱਧਵਾਰ ਨੂੰ ਤਲਵੰਡੀ ਵੀ ਹੁੰਦੇ ਨੇ ਆਪਣੇ, ਤਲਵੰਡੀ ਵੀ ਜਾਂਦੇ ਆ ਬੁੱਧਵਾਰ ਨੂੰ? ਹਾਂ ਠੀਕ ਆ ਜੀ। ਹਾਂਜੀ ਦੋਸਤੋ, ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਤਦ ਤੱਕ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ।